ਬਾਲੀਵੁੱਡ ਵਿੱਚ ਅੱਜ ਕੱਲ ਬਾਇਓਪਿਕ ਦਾ ਟ੍ਰੈਂਡ ਚੱਲ ਰਿਹਾ। ਹਰ ਕਿਸੇ ਦੀ ਜ਼ਿੰਦਗੀ ਤੇ ਬਾਇਓਪਿਕ ਬਣਾਈ ਜਾ ਰਹੀ ਹੈ। ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਈਫ ਤੇ ਵੀ ਫਿਲਮ ਬਣਾਈ ਗਈ ਹੈ, ਪਰ ਚੋਣਾਂ ਦੇ ਚੱਲਦੇ ਉਸ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਪਰ ਹੁਣ ਇਸੇ ਕੜੀ ਵਿੱਚ ਇੱਕ ਹੋਰ ਨਾਮ ਜੁੜਨ ਜਾ ਰਿਹਾ ਤੇ ਉਹ ਨਾਮ ਹੈ ਰੇਪ ਦੇ ਦੋਸ਼ੀ ਆਸਾਰਾਮ ਦਾ। ਪ੍ਰੋਡਿਊਸਰ ਸੁਨੀਲ ਬੋਹਰਾ ਇਸ ਨੂੰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਨੇ। ਸੁਨੀਲ ਬੋਹਰਾ ਨੇ ਉਸ਼ੀਨੋਰ ਮਜੂਮਦਾਰ ਦੀ ਕਿਤਾਬ ਗੋਡ ਆਫ ਸਿਨ ਦ ਕਲਟ ਦ ਕਲਾਊਟ ਐਂਡ ਡਾਊਨਫਾਲ ਆਫ ਆਸਾਰਾਮ ਬਾਪੂ ਦੇ ਰਾਈਟਸ ਖਰੀਦੇ ਨੇ। ਇਹ ਕਿਤਾਬ ਆਸਾਰਾਮ ਦੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕਰਦੀ ਹੈ ਤੇ ਸੁਨੀਲ ਬੋਹਰਾ ਇਸ ਫਿਲਮ ਨੂੰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਨੇ। ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਉਹਨਾਂ ਕਿਹਾ ਕਿ ਮੈਂ ਕਿਤਾਬ ਪੜ੍ਹੀ ਹੈ ਤੇ ਮੈਂ ਪੀਸੀ ਸੋਲੰਕੀ ਤੋਂ ਬਹੁਤ ਪ੍ਰਭਾਵਿਤ ਹੋਇਆ, ਜਿਨ੍ਹਾਂ ਨੇ ਪੀੜਿਤ ਲੜਕੀ ਲਈ ਮੁਫ਼ਤ 'ਚ ਆਸਾਰਾਮ ਖਿਲਾਫ਼ ਕੇਸ ਲੜਿਆ ਸੀ। ਨਾਲ ਹੀ ਸੂਰਤ ਤੇ ਜੋਧਪੁਰ ਜੇਲ੍ਹ ਦੀ ਦੋ ਮਹਿਲਾ ਅਫਸਰਾਂ ਨੇ ਵੀ ਮੈਨੂੰ ਬਾਇਓਪਿਕ ਬਣਾਉਣ ਲਈ ਪ੍ਰੇਰਿਤ ਕੀਤਾ। ਇਹ ਫਿਲਮ ਇਹਨਾਂ ਲੋਕਾਂ 'ਤੇ ਹੀ ਕੇਂਦਰਿਤ ਰਹੇਗੀ ਅਤੇ ਬਾਕੀ ਦੀ ਕਹਾਣੀ ਫੈਕਟਸ 'ਤੇ ਬੇਸਡ ਹੋਵੇਗੀ। ਸੁਨੀਲ ਨੇ ਕਿਹਾ ਕਿ ਉਹ ਰਾਈਟਰਸ ਨਾਲ ਮਿਲ ਰਹੇ ਨੇ, ਟੀਮ ਬਣਨ ਤੋਂ ਬਾਅਦ ਸਕ੍ਰਿਪਟ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਫਿਲਮ ਨੂੰ ਉਹ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੇ ਨੇ। ਇਸ ਤੋਂ ਪਹਿਲਾਂ ਸੁਨੀਲ ਗੈਂਗਸ ਆਫ ਵਸੇਪੁਰ, ਤਨੂ ਵੈਡਸ ਮਨੂ, ਸ਼ਾਹਿਦ ਅਤੇ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵਰਗੀਆਂ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਨੇ। ਜ਼ਿਕਰਯੋਗ ਹੈ ਕਿ ਖੁਦ ਨੂੰ ਅਧਿਆਤਮਕ ਗੁਰੂ ਦੱਸਣ ਵਾਲੇ ਆਸਾਰਾਮ ਨੂੰ ਅਗਸਤ 2013 'ਚ 16 ਸਾਲ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਅਪ੍ਰੈਲ 2018 ਵਿੱਚ ਆਸਾਰਾਮ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਫਿਲਹਾਲ ਉਹ ਜੋਧਪੁਰ ਦੀ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਉੱਥੇ ਹੀ ਆਸਾਰਾਮ ਦੇ ਪੁੱਤਰ ਨਰਾਇਣ ਸਾਈ ਨੂੰ ਹਾਲ ਹੀ ਵਿੱਚ ਸੂਰਤ ਕੋਰਟ ਨੇ ਰੇਪ ਦੇ ਕੇਸ 'ਚ ਦੋਸ਼ੀ ਕਰਾਰ ਦਿੱਤਾ ਹੈ ਅਤੇ ਜਲਦੀ ਉਸਦੀ ਸਜ਼ਾ ਦਾ ਐਲਾਨ ਹੋਣ ਵਾਲਾ ਹੈ। ਪਰ ਇਸ ਬਾਇਓਪਿਕ ਨੂੰ ਲੈ ਕੇ ਰਾਹਾਂ ਆਸਾਨ ਨਹੀਂ ਵਿਖਾਈ ਦੇ ਰਹੀਆਂ, ਕਿਉਂਕਿ ਸਭ ਜਾਣਦੇ ਨੇ ਕਿ ਆਸਾਰਾਮ ਦੇ ਸਮਰਥਕ ਉਹਨਾਂ ਲਈ ਕਿੰਨੇ ਭਾਵੁਕ ਨੇ ਤੇ ਦੂਜੇ ਹਾਲੇ ਤੱਕ ਇਸ ਗੱਲ ਤੇ ਵੀ ਸਸਪੈਂਸ ਬਰਕਰਾਰ ਹੈ ਕਿ ਆਸਾਰਾਮ ਦਾ ਕਿਰਦਾਰ ਨਿਭਾਏਗਾ ਕੌਣ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।